ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵੇਰੇ ਦੀਵਾਨ ਦੀ ਸਮਾਪਤੀ ਹੋਈ। ਆਪ ਜਮੁਨਾ ਨਦੀ ਦੇ ਤੱਟ ਤੇ ਖੜੇ ਸਨ। ਪੌਂਟਾ ਸਾਹਿਬ ਦਾ ਜ਼ਿਕਰ ਹੈ। ਸਵੇਰੇ ਜਿਸ ਵੇਲੇ ਪ੍ਰਭਾਤ ਹੁੰਦੀ ਹੈ, ਸੂਰਜ ਆਪਣੀ ਲਾਲੀ ਲੈ ਕੇ ਨਿਕਲਦਾ ਸਾਰੇ ਸੰਸਾਰ ਨੂੰ ਪ੍ਰਕਾਸ਼ ਦੇਣ ਲਈ। ਜਿਸ ਤਰ੍ਹਾਂ ਸੂਰਜ ਨੇ ਕਦੀ ਕੋਈ ਵਿਤਕਰਾ ਨਹੀਂ ਕੀਤਾ, ਫਰਕ ਨਹੀਂ ਕੀਤਾ, ਮੈਂ ਇੱਕ ਜਾਤੀ ਦੇ ਘਰ ਪ੍ਰਕਾਸ਼ ਦੇਵਾਂ, ਦੂਜੇ ਦੇ ਘਰ ਨਾ ਦੇਵਾਂ। ਜਿਸਨੇ ਉਸਦੇ ਪ੍ਰਕਾਸ਼ ਨੂੰ ਮਾਣਨਾ ਚਾਹਿਆ, ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਸੋਹਣੇ ਪ੍ਰਕਾਸ਼ ਵਿੱਚ ਉਸਨੇ ਦਰਸ਼ਨ ਕੀਤੇ। ਪਿਆਰ ਨਾਲ ਜਪੋ ਸ੍ਰੀ ਕਲਗੀਧਰ ਪਾਤਸ਼ਾਹ। ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਮੁਨਾ ਨਦੀ ਦੇ ਤੱਟ ਤੇ ਖੜ੍ਹੇ, ਆਹ ਦੇਖੋ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਆਸਾਂ ਦੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਹੁੰਦਾ, ਜਿਸ ਵੇਲੇ ਸੂਰਜ ਨਿਕਲਦਾ ਅਤੇ ਨਾਲ ਹੀ ਆਖਰੀ ਛੰਤ ਲੱਗ ਜਾਂਦਾ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ, ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਸ਼ਹਿਰ। ਅਤੇ ਗੁਰੂ ਨਾਨਕ ਦੇ ਘਰ ਵਿੱਚ ਆ ਵੇਖੋ ਮਰਿਆ, ਜਿਸ ਵੇਲੇ ਸ਼ਾਮ ਨੂੰ ਸੂਰਜ ਡੁੱਬਦਾ ਅਤੇ ਉਸ ਵੇਲੇ ਵੀ ਹਰ ਯੁੱਗ ਯੁੱਗ ਭਗਤ ਉਪਾਇਆ, ਫਿਰ ਪ੍ਰਾਰੰਭ ਹੋ ਜਾਂਦਾ ਸੋਦਰ ਦੀ ਚੌਕੀ। ਪਿਆਰ ਨਾਲ ਜਪੋ ਸ੍ਰੀ ਪਾਓ। ਜਿਸ ਵੇਲੇ ਸੂਰਜ ਨਿਕਲਦਾ ਤਾਂ ਵੀ ਸਤਿਗੁਰੂ ਸਾਰੇ ਸੰਸਾਰ ਲਈ ਅਰਦਾਸ ਕਰ ਰਹੇ, ਮਾਲਕ ਜਿਹੜੇ ਤੇਰੇ ਭਗਤ ਹਨ ਤੂੰ ਉਹਨਾਂ ਦੀ ਹਰ ਯੁੱਗ ਵਿੱਚ ਰੱਖਿਆ ਕੀਤੀ ਹੈ, ਅੱਜ ਵੀ ਕਰੇਗਾ, ਅੱਗੋਂ ਵੀ ਕਰਦਾ ਆਇਆ। ਪਿਆਰ ਨਾਲ ਜਪੋ ਸ੍ਰੀ। ਅਤੇ ਜਦੋਂ ਚਾਰ ਪੈਰ ਦਿਨ ਬੀਤ ਜਾਂਦਾ ਹੈ, ਗੁਰੂ ਨਾਨਕ ਦੇ ਘਰ ਵਿੱਚੋਂ ਫਿਰ ਆਵਾਜ਼ ਆਉਂਦੀ ਹੈ, ਮਾਲਕ ਚਾਰ ਪੈਰ ਦਿਨ ਸੁੱਖ ਦੇ ਬਤੀਤ ਹੋ ਗਏ, ਰਹਿਣ ਆਈ ਹੈ, ਅੱਗੋਂ ਵੀ ਆਪਣੇ ਸੰਗਤਾਂ ਦੀ, ਸੇਵਕਾਂ ਦੀ, ਭਗਤਾਂ ਦੀ ਸਦਾ ਰੱਖਿਆ ਕਰੀ। ਪਿਆਰ ਨਾਲ ਜਪੋ ਸ੍ਰੀ। ਗੁਰੂ ਨਾਨਕ ਦੇ ਘਰ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਅਰਦਾਸ ਤੋਂ ਬਾਅਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਉਹੀ ਮੰਗ ਸਕਦਾ ਜਿਹਨੇ ਪਹਿਲਾਂ ਆਪਣਾ ਭਲਾ ਕੀਤਾ ਹੋਵੇ, ਆਪ ਨਾਮ ਜਪਿਆ ਹੋਵੇ। ਨਾਮ ਜਪਣਾ ਆਪਣਾ ਭਲਾ ਕਰਨਾ, ਜਿਹਨੇ ਪ੍ਰਭੂ ਕਾ ਨਾਮ ਨਹੀਂ ਜਪਿਆ ਉਹਦਾ ਭਲਾ ਕਿਵੇਂ ਹੋ ਸਕਦਾ। ਸਾਧ ਸੰਗਤ ਜੀ ਜਪੋ ਸ੍ਰੀ। ਨਾਨਕ ਨਾਮ ਚੜ੍ਹਦੀ ਕਲਾ, ਜਿਹਨਾਂ ਨਾਮ ਜਪਿਆ ਉਹਨਾਂ ਦੀ ਚੜ੍ਹਦੀ ਕਲਾ ਹੋਈ ਹੈ, ਅਤੇ ਫਿਰ ਤੇਰੇ ਬਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਪਾਣੀ ਵਿੱਚ ਰਹਿ ਕੇ ਉਹੀ ਮੰਨ ਸਕਦਾ ਜਿਹਨੇ ਨਾਮ ਜਪਿਆ ਹੋਵੇ। ਸਾਧ ਸੰਗਤ ਜੀ ਜਪੋ ਸ੍ਰੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਅੰਮ੍ਰਿਤ ਵੇਲੇ ਦਾ ਸਮੇਂ, ਦੀਵਾਨ ਦੀ ਸਮਾਪਤੀ ਤੋਂ ਬਾਅਦ ਜਮੁਨਾ ਨਦੀ ਦੇ ਤੱਟ ਤੇ ਖੜ੍ਹੇ ਨੇ ਪੌਂਟਾ ਸਾਹਿਬ। ਸੂਰਜ ਲਾਲੀ ਲੈ ਕੇ ਨਿਕਲ ਰਿਹਾ ਹੈ, ਮਹਾਰਾਜ ਦੇ ਐਵੇਂ ਲੱਗਦਾ ਅੱਜ ਸੂਰਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆ ਰਿਹਾ ਹੈ। ਯਾਰ ਨਾਲ ਜਪੋ ਸ੍ਰੀ। ਅੱਜ ਮਾਲਕ ਦੇ ਦਰਸ਼ਨ ਕਰ ਰਿਹਾ ਹੋਇਆ, ਤਾਂ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਦੇਖਿਆ, ਨਦੀ ਵਿੱਚ ਇੱਕ ਮਨੁੱਖ ਰੁੜ ਰਿਹਾ, ਡੁੱਬ ਰਿਹਾ, ਜਾ ਰਿਹਾ ਪਾਣੀ ਵਿੱਚ ਬਹਿਤਾ ਹੋਇਆ।
ਸਾਹਮਣੇ ਇੱਕ ਪੰਡਿਤ ਨਹਾ ਰਿਹਾ ਸੀ। ਉਹਨੇ ਦੇਖਿਆ ਬਈ ਬੰਦਾ ਡੁੱਬ ਰਿਹਾ ਅਤੇ ਮੈਨੂੰ ਤੈਰਨਾ ਆਉਂਦਾ, ਜਾ ਕੇ ਇਸਨੂੰ ਕੱਢ ਲਿਆਵਾਂ ਬਾਹਰ। ਫਿਰ ਉਹ ਮਨ ਵਿੱਚ ਸੋਚਣ ਲੱਗਾ ਕਿਤੇ ਇਹ ਮੁਸਲਮਾਨ ਹੋਵੇ ਅਤੇ ਮੈਂ ਤਾਂ ਨਾਤਾ ਨਾਤਾ ਹੋ ਜਾਣਾ। ਪਿਆਰ ਨਾਲ ਜਪੋ ਸ੍ਰੀ, ਛੱਡੋ ਡੁੱਬਣ ਦਿਓ ਉਸਨੂੰ, ਖਬਰੇ ਮੁਸਲਮਾਨ ਹੀ ਹੋਵੇ। ਥੋੜ੍ਹੀ ਦੂਰ ਉਹ ਬੰਦਾ ਰੁੜਦਾ ਅੱਗੇ ਜਾ ਰਿਹਾ, ਆਵਾਜ਼ਾਂ ਦੇ ਰਿਹਾ, ਕੋਈ ਬਚਾਓ, ਕੋਈ ਬਚਾਓ। ਅੱਗੇ ਇੱਕ ਮੌਲਵੀ ਨਾ ਰਿਹਾ ਸੀ। ਉਹਨੇ ਦੇਖਿਆ ਬੰਦਾ ਡੁੱਬ ਰਿਹਾ ਹੈ ਪਾਣੀ ਵਿੱਚ, ਨਦੀ ਵਿੱਚ, ਮੈਨੂੰ ਤੈਰਨਾ ਆਉਂਦਾ ਹੈ ਅਤੇ ਜਾਵਾਂ ਇਹਨੂੰ ਬਚਾ ਲਵਾਂ। ਅਤੇ ਫਿਰ ਉਸ ਮੌਲਵੀ ਕੇ ਮਨ ਮੇਂ ਖਿਆਲ ਆ ਗਿਆ ਕਿਤੇ ਇਹ ਹਿੰਦੂ ਹੋਵੇ ਜਿਹਨੂੰ ਮੈਂ ਬਚਾਉਣ ਜਾ ਰਿਹਾ, ਇਹ ਕਾਫਰ ਹੋਵੇ। ਇਹ ਕਾਫਰ ਤਾਂ ਜਿਤਨੇ ਹਨ ਮਰ ਜਾਣ ਤਾਂ ਚੰਗੇ, ਉਚਾਰਨ ਕਰੋ ਸ੍ਰੀ, ਡੁੱਬਣ ਦਿਓ। ਹੁਣ ਦੋਨੋਂ ਦੇ ਵਿਚਾਰ ਕਲਗੀਧਰ ਪਾਤਸ਼ਾਹ, ਕਿਉਂਕਿ ਅੰਤਰ ਜਾਮੀ ਮਨ ਦੇ ਵਿਚਾਰ ਪੜ ਰਹੇ। ਅਤੇ ਮੇਰੇ ਪਾਤਸ਼ਾਹ ਨੇ ਦੇਖਿਆ ਬੰਦਾ ਡੁੱਬ ਰਿਹਾ, ਇਹ ਚਾਹੇ ਹਿੰਦੂ ਜਾਤੀ ਦਾ, ਚਾਹੇ ਮੁਸਲਮਾਨ ਜਾਤੀ ਦਾ, ਪਰ ਹੈ ਤਾਂ ਮੇਰੇ ਪਰਮਾਤਮਾ ਦਾ ਘੜਿਆ ਹੋਇਆ, ਉਸ ਪਰਮਾਤਮਾ ਦਾ ਬਣਾਇਆ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਛਾਲ ਮਾਰੀ ਅਤੇ ਉਸ ਡੁੱਬਦੇ ਹੋਏ ਮਨੁੱਖ ਨੂੰ ਬਾਹਰ ਕੱਢ ਲਿਆ ਹੈ। ਗੁਰੂ ਡੁੱਬਿਆਂ ਨੂੰ ਨਹੀਂ ਕੱਢੇਗਾ ਤਾਂ ਕੌਣ ਕੱਢੇਗਾ? ਅਸੀਂ ਵੀ ਸੰਸਾਰ ਸਾਗਰ ਵਿੱਚ ਡੁੱਬ ਰਹੇ ਹਾਂ, ਕਿੱਡੇ ਪਾਪ ਹੋ ਗਏ ਕਿ ਕੱਲ ਤੱਕ ਡੁੱਬੇ ਪਏ ਹਾਂ ਪਾਪਾਂ ਵਿੱਚ, ਜਿਸ ਨਾਮ ਦੀ ਬੇੜੀ ਵਿੱਚ ਨਿਤਨੇਮ ਦੇ ਫੁੱਲ ਪਾਉਣੇ ਸਨ। ਸਰੀਰ ਰੂਪੀ ਬੇੜੀ ਵਿੱਚ ਨਿਤਨੇਮ ਦੇ ਫੁੱਲ ਪਾਉਣੇ ਸਨ, ਉਹ ਸਰੀਰ ਰੂਪੀ ਬੇੜੀ ਵਿੱਚ ਅਸੀਂ ਪਾਪਾਂ ਦੇ ਪੱਥਰ ਪਾ ਬੈਠੇ। ਹੁਣ ਪਤਾ ਨਹੀਂ ਕਿਸ ਵੇਲੇ ਬੇੜੀ ਡੁੱਬ ਜਾ। ਮੇਰੇ ਕਲਗੀਧਰ ਪਾਤਸ਼ਾਹ ਨੇ ਦੇਖਿਆ ਇਹ ਭਾਵੇਂ ਜਾਤੀ ਕਾ ਹਿੰਦੂ ਹੈ ਮਨੁੱਖ, ਚਾਹੇ ਮੁਸਲਮਾਨ ਹੈ, ਹੈ ਤਾਂ ਪਰਮਾਤਮਾ ਦਾ ਬਣਾਇਆ, ਉਸ ਖੁਦਾ ਦਾ ਬਣਾਇਆ ਬੰਦਾ ਹੈ, ਉਸ ਅਕਾਲ ਪੁਰਖ ਦਾ ਬਣਾਇਆ ਬੰਦਾ ਹੈ। ਮੇਰੇ ਪਾਤਸ਼ਾਹ ਮਾਰੀ ਛਾਲ ਤੇ ਕੱਢ ਲਿਆ ਉਹਨੂੰ ਬਾਹਰ, ਉਹਦਾ ਜੀਵਨ ਬਚ ਗਿਆ। ਸਾਧ ਸੰਗਤ, ਉਹ ਗੁਰੂ ਘਰ ਦਾ ਮਹਾਨ ਨਿੰਦਕ ਸੀ। ਜਦੋਂ ਉਹਨੇ ਵੇਖਿਆ ਹਿੰਦੂ ਕੀ ਬਾਤ ਸੁਣੀ ਤੇ ਮੁਸਲਮਾਨ ਦੀ ਗੱਲ ਸੁਣੀ, ਬਈ ਕਿਸੇ ਮੈਨੂੰ ਨਹੀਂ ਬਚਾਇਆ, ਗੁਰੂ ਜੀ ਨੇ ਬਚਾਇਆ, ਤਾਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਗਿਆ। ਜਿਤਨਾ ਨਿੰਦਕ ਸੀ ਨਾ ਗੁਰੂ ਘਰ ਦਾ, ਉਤਨਾ ਸ਼ਰਧਾਲੂ ਬਣ ਬਣ। ਪਿਆਰ ਨਾਲ ਜਪੋ ਸ੍ਰੀ, ਮੇਰੇ ਪਾਤਸ਼ਾਹ ਨੇ ਇੱਕ ਸੱਚ ਦਾ ਉਪਦੇਸ਼ ਉੱਤੇ ਦਿੱਤਾ। ਕੀ ਆਖਿਆ? ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਵਾਹਿਗੁਰੂ ਅਵਲ ਮਨ ਕੁਦਰਤ ਕੇ ਸਭ ਬੰਦੇ।
ਵਾਹਿਗੁਰੂ। ਵਾਹਿਗੁਰੂ 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 ਕਰਤ ਵਿੱਚ ਸਵਾਮੀ ਮੇਰਾ ਵਾਹਿਗੁਰੂ 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 ਧੰਨ ਵਾਹਿਗੁਰੂ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਆ ਮੈਂ ਕਿਆ ਮੰਗੋ ਕਿਛ ਫਿਰ ਨਾ ਰਹਾਈ ਹਰ ਦੀਜੇ ਨਾ ਪਿਆਰੀ ਜੀਓ ਵਾਹਿਗੁਰੂ 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 ਧੰਨ ਵਾਹਿਗੁਰੂ ਘਟ ਘਟ ਰਵ ਰਿਆ ਬਨਵਾਰੀ ਜਲ ਥਲ ਮਈਅਲ ਗੁਪ ਤੋ ਵਰਤੇ ਜਲ ਥਲ ਮਈਅਲ ਗੁਪ ਤੋ ਵਰਤੇ ਗੁਰ ਸਭ ਦੀ ਦੇਖ ਨਿਹਾਰੀ ਜੀਓ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਾਰੇ ਜਪੋ ਜਨ ਜਿਣੀ ਜੇ ਜਨ ਤੇ ਸੁਆਮੀ ਪ੍ਰਭੂ ਤੋਂ ਜਨ ਦੀ ਸਮਝ ਆਉਂਦੀ ਹੈ ਤੇ ਜਨ ਤੋਂ ਪ੍ਰਭੂ ਕੀ ਸਮਝ ਆਉਂਦੀ ਹੈ ਜੈਸਾ ਸਤਿਗੁਰੂ ਵੈਸੇ ਹੀ ਸਤਿਗੁਰ ਦੇ ਸਿੱਖ ਪਿਆਰ ਨਾਲ ਜਪੋ ਸ੍ਰੀ ਬ੍ਰਹਮ ਗਿਆਨੀ ਭਾਈ ਕਨਈਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਵਿੱਚ ਆਏ ਧਰਮ ਯੁੱਧ ਛਿੜਿਆ ਸੀ ਸਭ ਨੇ ਸੇਵਾ ਮੰਗ ਲਈ ਭਾਈ ਕਨਈਆ ਜੀ ਨੇ ਚੋਲੀ ਵਿਛਾਈ ਪਾਤਸ਼ਾਹ ਮੇਰੀ ਵੀ ਚੋਲੀ ਵਿੱਚ ਸੇਵਾ ਪਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੂੰ ਜਲ ਪਿਲਾਉਣ ਦੀ ਸੇਵਾ ਕਰਿਆ ਕਰ ਯੁੱਧ ਵਿੱਚ ਸਾਧ ਸੰਗਤ ਜਪੋ ਸ੍ਰੀ
ਮਸ਼ਕ ਮੋਢੇ ਤੇ ਸਿੱਖ ਦਸ਼ਮੇਸ਼ ਜੀ ਦਾ, ਬਿਨਾਂ ਵਿੱਤ ਕਰੇ ਪਾਣੀ ਪਿਲਾਈ ਜਾਂਦਾ, ਤੜਪ ਤੜਪ ਕੇ ਜਿਨ੍ਹਾਂ ਦੀ ਜਾਨ ਨਿਕਲੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦਾ। ਪਿਆਰ ਨਾਲ ਜਪੋ ਸ੍ਰੀ, ਜਿੱਥੋਂ ਆਵਾਜ਼ ਆਉਂਦੀ ਹੈ ਪਾਣੀ ਪਾਈ ਕੇ ਲਿਆ, ਉਸ ਬੁੱਕ ਵਿੱਚ ਜਾ ਕੇ ਪਾਣੀ। ਇੱਕ ਸਿੱਖ ਨੇ ਦੇਖ ਲਿਆ ਬਈ ਹੁਣੇ ਤੁਰਕ ਤੀਰ ਖਾ ਕੇ ਡਿੱਗਾ, ਤੇ ਉਹਨੇ ਪਾਣੀ ਮੰਗਿਆ ਤੇ ਪਾਈ, ਪਰ ਕਨਈਆ ਜੀ ਨੇ ਉਹਦੇ ਮੂੰਹ ਵਿੱਚ ਪਾਣੀ ਪਾਇਆ। ਸ਼ਿਕਾਇਤ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ। ਗਰੀਬ ਨਿਵਾਜ ਪਾਈ ਕਨਈਆ, ਉੱਤੋਂ ਸਾਡਾ ਬੰਦਾ ਬਣਦਾ ਪਰ ਵਿੱਚੋਂ ਦੁਸ਼ਮਨੋਂ ਕੇ ਸਾਥ ਮਿਲਿਆ ਹੋਇਆ। ਮੇਰੇ ਸਾਹਮਣੇ ਇੱਕ ਤੁਰਕ ਤੀਰ ਖਾ ਕੇ ਡਿੱਗਾ ਸਿੱਖ ਦਾ, ਤੇ ਉਹ ਪਾਣੀ ਨਾ ਮਿਲਦਾ ਤਾਂ ਉਹ ਤੜਪ ਤੜਪ ਕੇ ਮਰ ਜਾਂਦਾ, ਪਰ ਭਾਈ ਕਨਈਆ ਜੀ ਨੇ ਉਹਦੇ ਮੂੰਹ ਵਿੱਚ ਪਾਣੀ ਪਾ ਕੇ ਉਹਨੂੰ ਫਿਰ ਸੁਜੀਤ ਕਰ ਦਿੱਤਾ। ਮੇਰੇ ਪਾਤਸ਼ਾਹ ਅੰਦਰੋਂ ਅੰਦਰੋਂ ਬੜੇ ਖੁਸ਼ ਹੋ, ਬਾਹਰੋਂ ਗੁੱਸੇ ਵਾਲਾ ਮੂੰਹ ਬਣਾਇਆ, ਕਹਿਣ ਲੱਗੇ ਬੁਲਾਓ ਭਾਈ ਕਨਈਆ ਨੂੰ, ਜੇ ਉਹਨੇ ਦੁਸ਼ਮਣ ਨੂੰ ਪਾਣੀ ਪਿਲਾਇਆ ਸਾਡੇ ਤੀਰ ਨਾਲ ਉਡਾਇਆ ਜਾਏ। ਭਾਈ ਕਨਈਆ ਹਾਜ਼ਰ ਹੋ ਗਏ, ਕਿਉਂ ਭਾਈ ਕਨਈਆ ਤੂੰ ਦੁਸ਼ਮਣ ਨੂੰ ਪਾਣੀ ਪਿਲਾਇਆ, ਸਾਹਮਣੇ ਖੜੋ ਜਾ ਸਾਡੇ ਤੀਰ ਨਾਲ ਉਡਾਇਆ ਜਾਏ। ਮਸ਼ਕ ਰੱਖ ਦਿੱਤੀ, ਹੱਥ ਜੁੜ ਗਏ ਭਾਈ ਕਨਈਆ ਜੀ ਦੇ, ਕਹਿਣ ਲੱਗਾ ਪਾਤਸ਼ਾਹ ਜਬ ਤੋਂ ਮੈਂ, ਜਿਸ ਦਿਨ ਤੋਂ ਮੈਂ ਤੇਰੇ ਚਰਨਾਂ ਵਿੱਚ ਆਇਆ, ਤੇਰੇ ਸੇ ਨਾਮ ਕੀ ਦਾਤ ਦਿੱਤੀ, ਤੇਰਾ ਨਾਮ ਜਪਿਆ, ਮੇਰੇ ਮਨ ਦੀ ਹੁਣ ਅਵਸਥਾ ਬਦਲ ਗਈ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਮੇਰਾ ਤਾਂ ਕੋਈ ਬੈਰੀ ਮੇਰਾ ਕੋਈ ਦੁਸ਼ਮਣ ਹੈ ਹੀ ਨਹੀਂ। ਮਹਾਰਾਜ ਜੀ ਤੁਸੀਂ ਆਖਿਆ ਪਾਣੀ ਪਿਲਾਇਆ ਕਰ, ਮੈਂ ਜਿਸ ਵੇਲੇ ਧਰਮ ਯੁੱਧ ਵਿੱਚ ਗਿਆ, ਜਲ ਦੀ ਮਸ਼ਕ ਨਾਲ ਲੈ ਗਿਆ, ਜਿਸ ਪਾਸੋਂ ਆਵਾਜ਼ ਆਵੇ ਪਾਣੀ ਪਾਣੀ, ਤੇ ਪਾਤਸ਼ਾਹ ਮੈਨੂੰ ਇਵੇਂ ਲੱਗਦਾ ਸੀ ਤੁਸੀਂ ਆਪ ਪਾਣੀ ਮੰਗ ਰਹੇ। ਤੁਸੀਂ ਕਹਿ ਰਹੇ ਹੋ ਭਾਈ ਕਨਈਆ ਪਾਣੀ ਪਾਣੀ, ਸਾਧ ਸੰਗਤ ਪਿਆਰ ਨਾਲ ਜਪੋ ਸ੍ਰੀ। ਭਾਈ ਕਨਈਆ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ, ਪਾਤਸ਼ਾਹ ਜਿਸ ਦਿਨ ਤੋਂ ਤੂੰ ਮੇਰੀਆਂ ਅੱਖਾਂ ਵਿੱਚ ਵਸਿਆ ਨਾ, ਇਹਨਾਂ ਅੱਖਾਂ ਵਿੱਚ ਹੋਰ ਕੋਈ ਆਇਆ ਹੀ, ਜਿਸ ਦਿਨ ਤੋਂ ਮੈਂ ਤੇਰੇ ਕੋਲੋਂ ਨਾਮ ਦੀ ਦਾਤ ਲਈ ਹੈ, ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸਿਆ, ਮੇਰੀ ਰਸਨਾ ਨੇ ਕਿਸੇ ਹੋਰ ਨੂੰ ਨਹੀਂ ਜਪਿਆ, ਪਾਤਸ਼ਾਹ ਮੈਂ ਜਿਸ ਪਾਸੇ ਵੇਖਣਾ ਮੈਨੂੰ ਤੇਰਾ ਹੀ ਨੂਰ ਦਿਸਦਾ ਹੈ। ਅੱਖ ਸ੍ਰੀ ਗੁਰੂ ਕੀ ਬਾਤ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੀ ਪਿਆਰੀ ਬਾਤ ਭਾਈ ਕਨਈਆ ਦੇ ਮੁੱਖੋਂ ਸੁਣੀ ਨਾ, ਗੁਰੂ ਦੀ ਵਡਿਆਈ, ਤੀਰ ਕਮਾਨ ਰੱਖ ਦਿੱਤਾ, ਜਿਸ ਛਾਤੀ ਵਿੱਚ ਤੀਰ ਲੱਗਣਾ ਸੀ ਉਹ ਛਾਤੀ ਗੁਰੂ ਗੋਬਿੰਦ ਸਿੰਘ ਜੀ ਦੀ ਛਾਤੀ ਨਾਲ ਲੱਗ ਗਈ। ਭਾਈ ਕਨਈਆ ਜੀ ਨੂੰ ਆਪਣੇ ਛਾਤੀ ਨਾਲ ਲਾ ਕੇ ਆਖਿਆ ਭਾਈ ਕਨਈਆ ਤੂੰ ਬ੍ਰਹਮ ਗਿਆਨੀ ਹੋਇਆ। ਮੇਰੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜੇਬ ਵਿੱਚੋਂ ਕੁਝ ਕੱਢਿਆ, ਮੁੱਠੀ ਬੰਦ ਹੈ, ਭਾਈ ਕਨਈਆ ਚੌਲੀ ਕਰ, ਜਾਂ ਚੌਲੀ ਕੀਤੀ ਤਾਂ ਮੇਰੇ ਪਾਤਸ਼ਾਹ ਨੇ ਆਖਿਆ ਇਹ ਮੱਲਮ ਦੀ ਡੱਬੀ ਵੀ ਰੱਖ ਲਿਆ, ਜਿਨ੍ਹਾਂ ਨੂੰ ਪਿਆਸ ਲੱਗੇ ਉਹਨਾਂ ਨੂੰ ਪਾਣੀ ਪਿਲਾ ਦਿਆ ਕਰ, ਜਿਨ੍ਹਾਂ ਨੂੰ ਚੋਟ ਲੱਗੇ ਉਹਨਾਂ ਦੇ ਜ਼ਖਮਾਂ 'ਤੇ ਮੱਲਮ ਵੀ ਲਾ ਦਿਆ ਗਿਆ। ਪਿਆਰ ਨਾਲ ਜਪੋ ਸ੍ਰੀ। ਸਾਹਿਬ ਨੇ ਆਖਿਆ ਭਾਈ ਕਨਈਆ ਤੇਰਾ ਪੰਥ ਚੱਲੇਗਾ, ਆ ਸੇਵਾ ਪੰਥੀ ਮਹਾਂਪੁਰਖ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਭਾਈ ਕਨਈਆ ਜੀ ਨੂੰ ਮਿਲੀ। ਅੱਖ ਸ੍ਰੀ। ਆ ਰੈੱਡ ਕ੍ਰੋਸ ਸੰਸਥਾ ਜੋ ਯੁੱਧ ਵਿੱਚ ਜਾ ਕੇ ਦੁਖੀਆਂ ਨੂੰ, ਬਿਮਾਰਾਂ ਨੂੰ, ਭੁੱਖਿਆਂ ਨੂੰ, ਪਿਆਸੀਆਂ ਨੂੰ ਦਵਾ ਦਵਾਈ,
ਖਾਣਾ ਪਹੁੰਚਾਉਂਦੇ ਨਾ, ਇਹ ਭਾਈ ਕਨਈਆ ਜੀ ਦੀ ਦੇਣ ਹੈ। ਸਾਧ ਸੰਗਤ ਬੋਲੋ ਸ੍ਰੀ ਰੈੱਡ ਕ੍ਰੋਸ ਸੰਸਥਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸਿਰਫ ਸ਼ਸਤਰ ਚਲਾਉਣੇ ਨਹੀਂ ਸਿਖਾਏ, ਨਾਲ ਗੁਰੂ ਕਾ ਉਪਦੇਸ਼ ਵੀ ਹਿਰਦੇ ਵਿੱਚ ਵਸਾਇਆ ਕਿ ਮੇਰਾ ਖਾਲਸਾ ਮੇਰਾ ਗੁਰਸਿੱਖ ਕਿਵੇਂ ਹੋਵੇ। ਪਿਆਰ ਨਾਲ ਜਪੋ ਸ੍ਰੀ, ਆਓ ਪਿਆਰ ਦੇ ਨਾਲ ਇੱਕ ਵਾਰੀ ਸਾਰੇ ਮਿਲ ਕੇ ਪੰਕਤੀਆਂ ਗਾਓ, ਫਿਰ ਸਮਾਪਤੀ ਹੈ ਜੀ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਜਪੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਮੇਰਾ ਖਾਲਸਾ ਉਹ ਹੋਵੇਗਾ ਜਿਹੜਾ ਮਜ਼ਲੂਮਾਂ ਦੀ ਰੱਖਿਆ ਕਰੇਗਾ, ਜਿਹੜਾ ਗਰੀਬਾਂ ਦੀ ਪਾਲਣਾ ਕਰੇਗਾ, ਭੁੱਖਿਆਂ ਨੂੰ ਰੋਟੀ ਖਿਲਾਵੇਗਾ, ਦੁਖੀਆਂ ਦੀ ਸੇਵਾ ਕਰੇਗਾ, ਜਿਸ ਦੇ ਹਿਰਦੇ ਵਿੱਚ ਦਇਆ ਹੋਏਗੀ। ਪਿਆਰ ਨਾਲ ਜਪੋ ਸ੍ਰੀ, ਅਤੇ ਲੋੜ ਪਏਗੀ ਤਾਂ ਜ਼ੁਲਮ ਕੋਈ ਉਸਤੇ ਕਰੇਗਾ ਤਾਂ ਜ਼ੁਲਮ ਵਾਸਤੇ ਫਿਰ ਖਾਲਸੇ ਕੋਲ ਆਹ ਮਹਾਰਾਜ ਜੀ ਨੇ ਕਿਰਪਾਨਵੀ ਦੇ ਦਿੱਤੀ। ਆਖੋ ਸ੍ਰੀ, ਮੇਰਾ ਖਾਲਸਾ ਸ਼ਸਤਰਧਾਰੀ ਹੋਏਗਾ, ਜਿੱਥੇ ਕੋਈ ਜ਼ੁਲਮ ਹੋਏਗਾ ਮਜ਼ਲੂਮਾਂ 'ਤੇ ਦੁਖੀਆਂ 'ਤੇ, ਸਦਾ ਹੀ ਦੇਸ਼ ਔਰ ਕੌਮ ਦੇ ਵਾਸਤੇ ਮੇਰਾ ਖਾਲਸਾ ਖੜਾ ਰਹੇਗਾ। ਪਿਆਰ ਨਾਲ ਜਪੋ ਸ੍ਰੀ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਇੱਕ ਨੂਰ ਦੇ ਸਭ ਜਗ ਉਜਿਆ, ਇੱਕ ਨੂੰ
ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਵਾਹਿਗੁਰੂ ਅਵਲ ਅੱਲਾ ਨੂਰੀਓ ਪਾਇਆ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਜਪੋ ਕਰੋ ਕਿਰਪਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਕੁਦਰਤ ਕੇ ਸਭ ਬੰਦੇ ਵਾਹਿਗੁਰੂ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਬੰਦੇ ਕੁਦਰਤ ਕੇ ਸਭ ਬੰਦੇ, ਸਭ ਮੇ ਸੱਚਾ ਏਕੋ ਸੋਈ, ਤਿਸ ਦਾ ਕੀਆ ਸਭ ਕੁਛ ਹੋਈ, ਸਭ ਮੇ ਸੱਚਾ ਉਪਜਿਆ, ਕੌਣ ਭਲੇ ਕੋ ਮੰਦੇ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਸਾਰੇ ਕਿਰਪਾ ਕਰ ਕੁਦਰਤ, ਵਾਹਿਗੁਰੂ, ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ, ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ, ਬੰਦੇ ਕੁਦਰਤ ਮੰਦੇ, ਸਭ ਬੰਦੇ, ਨਾ ਜਾਈ ਲਖਿਆ
ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੁਦਰਤ ਕੇ ਸਭ ਬੰਦੇ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਕੁਦਰਤ ਕੇ ਸਭ ਬੰਦੇ ਜਪੋ ਜੀ ਸਾਰੇ ਜਪੋ ਜੀ ਕੁਦਰਤ ਕੇ ਸਭ ਬੰਦੇ ਬੋਲੋ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਧ ਮੈਂ ਘੀਆ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਵਿਆ ਸਮਾਇਓ ਪੂਰਨ ਪੂਰ ਰਿਓ ਸਰਬ ਮੈਂ ਜਲ ਥਲ ਰਮਈਆ ਆਇਓ
सबे घट राम बोले, सबे घट राम बोले, सबे घट राम बोले, स्थावर जंगम कीट पतंगम कट कट राम समाना रे। एकल चिंता राख अनंता औरत जो सब आसारे, प्रण में नामा पै निकामा को ठाकुर को दासारे, को ठाकुर को दासारे, सबे घट राम बोले, खालक खलक में खलक वसे दब माए, मंदा किसनु आखिए जा दिस बिन कोई नाही, कुदरत के सब बंदे, कुदरत के सब बंदे, सारे जब बराई ले उदक ठाकुर को स्नान कर, 42 लाख जी जल में होते पीठल बैला काए करूं, जत जाऊं तत पीठल बैला महा आनंद करे सद केला, आनी ले फूल परोई ले माला ठाकुर की हो पूज करूं, पहले बास लगी है बवरे बीठल बैला काय करूं, आनी ले दूध रिदाई ले खीरंग ठाकुर को नैवेद करूं, पहले दूध बिटारे ओ बछरे बीठल बैला काय करूं,
ਈਗੈ ਬੀਠਲ ਉਗੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੇ ਪੂਰ ਰਿਓ ਤੂੰ ਸਰਬ ਮਹੀ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਵਾਹਿਗੁਰੂ ਜਲੇ ਘਰੀ ਥੱਲੇ ਘਰੀ ਉਰੇ ਘਰੀ ਬੰਨੇ ਘਰੀ ਗਿਰੇ ਘਰੀ ਗੁਫੇ ਘਰੀ ਛਿੱਤੇ ਘਰੀ ਨਬੇ ਘਰੀ ਇਹਾਂ ਹਰੀ ਉਹਾਂ ਹਰੀ ਜਿਮੀ ਹਰੀ ਜਮਾ ਹਰੀ ਇਹਾਂ ਹਰੀ ਉਹਾਂ ਹਰੀ ਜਿਮੀ ਹਰੀ ਜਮਾ ਹਰੀ ਕੁਦਰਤ ਕੇ ਸਭ ਬੰਦੇ ਬੰਦੇ ਸਾਰੇ ਕਿਰਪਾ ਕਰਿਓ ਜੀ ਜਿਮੀ ਤੁਸੀਂ ਜਮਾ ਤੁਸੀਂ ਜਿਮੀ ਤੁਸੀਂ ਜਮਾ ਤੁਸੀਂ ਮੱਕਾ ਤੁਸੀਂ ਮੱਕਾ ਤੁਸੀਂ ਜਿਮੀ ਤੁਸੀਂ ਜਮਾ ਤੁਸੀਂ ਮੱਕੀ ਤੁਸੀਂ ਮੱਕਾ ਤੁਸੀਂ ਅਬੂ ਤੁਸੀਂ ਅਭੈ ਤੁਸੀਂ ਅਛੂ ਤੁਸੀਂ ਅਛੈ ਤੁਸੀਂ ਜਤਸ ਤੁਸੀਂ ਬ੍ਰਤਸ ਤੁਸੀਂ ਗਤਸ ਤੁਸੀਂ ਮਤਸ ਤੁਸੀਂ ਤੂੰ ਹੀ 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 ਵਾਹਿਗੁਰੂ ਕੁਦਰਤ ਕੇ ਸਭ ਬੰਦੇ ਸਾਰੇ ਜਪੋ ਕੁਦਰਤ ਕੇ ਸਭ ਬੰਦੇ ਵਾਹਿਗੁਰੂ ਜੀ ਕੋ ਭਇਓ ਮੁੰਡਿਆ ਸੰਨਿਆਸੀ ਕੋ ਜੋਗੀ ਭਇਓ ਕੋ ਭਇਓ ਮੁੰਡਿਆ ਸੰਨਿਆਸੀ ਕੋਈ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਈ ਜਤੀ ਅਨੁਮਾਨ ਬੋ ਕੋ ਭਇਓ ਮੁੰਡਿਆ ਸੰਨਿਆਸੀ ਕੋ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਈ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋਈ ਰਾਮ ਜੀ ਇਮਾਮ ਸਾਫੀ ਹਿੰਦੂ ਤੁਰਕ ਕੋਈ ਰਾਮ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਕੋਈ
ਕਰਤਾ ਕਰੀਮ ਸੋਈ ਰਾਜਤ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਬਰਮਾਨ ਵੋ ਏਕ ਗੀ ਕਿਸੇ ਸਭੀ ਕੋ ਗੁਰਦੇਵ ਏਕ ਗੀ ਸਰੂਪ ਸਭੇ ਏਕ ਜੋਤ ਜਾਨ ਵੋ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਬੋਲੋ ਵਾਹਿਗੁਰੂ ਪਵਨ ਅੱਲਾ ਨੂਰੀ ਉਪਾਇਆ ਕੁਦਰਤ ਕੇ ਵਾਹਿਗੁਰੂ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਵਾਹਿਗੁਰੂ ਜੀ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਈ ਜਿਸ ਇੱਕ ਬਹਾਦਰ ਸਿਮਰੀਏ ਨਾ ਜਿਨੋਂ ਨਿਧਿਆਵੇ ਤਾਏ
ਸਭ ਥਾਈ ਹੋਏ ਸਹਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ।